ਡਾਕਟਰ ਕਰਨੈਲ ਸਿੰਘ ਸੋਮਲ ਦੀ ਪੁਸਤਕ ਫੁੱਲਾਂ ਨੇ ਅਜੇ ਖੇੜਨਾ ਨਹੀਂ ਛੱਡਿਆ ਅਗਲਾ ਵਿਸ਼ਾ ਹੈ ਜੀਵਨ ਤਕਾ ਦੇ ਲਈ ਕਈ ਵਾਰ ਮਨੁੱਖ ਵਿਅਕਤੀਗਤ ਜਾਂ ਸਮੂਹਕ ਜੀਵਨ ਦੇ ਸੰਕਟਾਂ ਚ ਕਿਰਿਆ ਤੇ ਨਿਰਾਸ਼ਾ ਜਾਂ ਉਚੇਰੀ ਸੁਰਤ ਦਾ ਟੁੰਬਿਆ ਇਸ ਸਵਾਲ ਦੇ ਰੂਬਰੂ ਹੁੰਦਾ ਹੈ ਕਿ ਜੀਵਨ ਤਕਾ ਦੇ ਲਈ ਅਸਲ ਚ ਜਿਉਣ ਦੀ ਸਾਰਥਕਤਾ ਨੂੰ ਜਾਣਨ ਤੇ ਜੀਵਨ ਮਨੋਰਥ ਨੂੰ ਟੋਲਣ ਦਾ ਇੱਕ ਯਤਨ ਹੈ। ਸਧਾਰਨ ਤੌਰ ਤੇ ਮਨੁੱਖ ਜੀਵਨ ਕਿਉਂ ਹੈ ਕੀ ਹੈ ਜਏ ਫालतू ਜੱਪ ਦੇ ਪ੍ਰਸ਼ਨਾਂ ਦੇ ਚੱਕਰ ਚ ਨਹੀਂ ਪੈਂਦਾ। ਉਹ ਜਿਉਣ ਦੇ ਸਰੂਰ ਚ ਗੁਡੂੰਦ ਜੀਵੀ ਜਾਂਦਾ ਹੈ। ਜਿਵੇਂ ਹੋਰ ਜੀਵ ਜੰਤੂ ਤੇ ਬਨਸਪਤੀ ਜਿਉਂਦੇ ਹਨ। ਜੰਮਣਾ, ਵਧਣਾ, ਫੁੱਲਣਾ, ਪੱਕਣਾ ਤੇ ਛਿੱਜ ਜਾਣਾ। ਵੱਤੋ ਵੱਤ ਅਗੇਲੀ ਆਪਣਾ ਬੀਜ ਜਾਂ ਅੰਸ਼ ਤੋੜ ਦੇਣਾ। ਵਾਸਤਵ ਵਿੱਚ ਜਿਉਣਾ ਆਪਣੇ ਆਪ ਚ ਇੱਕ ਬੁਨਿਆਦੀ ਮਨੋਰਥ ਹੈ ਜਿਉਣ ਦੀ ਪ੍ਰਕਿਰਿਆ ਚ ਤੋੜ ਤੱਕ ਗੁਜ਼ਰਨਾ ਮਨੁੱਖ ਦੀ ਇੱਕ ਵੱਡੀ ਲਾਲਸਾ ਹੈ ਜਿਉਣ ਦੀ ਪਹਿਲੀ ਲੋੜ ਹੈ ਆਪਣੀ ਹੋਂਦ ਨੂੰ ਕਾਇਮ ਰੱਖਣਾ ਇਸ ਜੈਵਿਕ ਲੋੜ ਨੂੰ ਪੂਰਾ ਕਰਨ ਲਈ ਗੁੱਲੀ ਗੁੱਲੀ ਜੁੱਲੀ ਦੇ ਸਾਧਨ ਜਟਾਉਣੇ ਪੈਂਦੇ ਹਨ ਸੰਸਾਰ ਦੀ ਬਹੁਤ ਬਹੁਤੀ ਵਸੋਂ ਲਈ ਅਜੇ ਵੀ ਇਹਨਾਂ ਬੁਨਿਆਦੀ ਲੋੜਾਂ ਦੀ ਪੂਰਤੀ ਹੀ ਜੀਵਨ ਦਾ ਮਨੋਰਥ ਬਣੀ ਹੋਈ ਹੈ ਆਪਣੀ ਨਸਲ ਨੂੰ ਚਲਦੇ ਰੱਖਣ ਲਈ ਔਲਾਦ ਪੈਦਾ ਕਰਨਾ ਵੀ ਇੱਕ ਜ਼ਰੂਰਤ ਹੈ ਜੋ ਜੈਵਿਕ ਹੈ ਤੇ ਸਮਾਜਿਕ ਵੀ ਅੱਗੋਂ ਇਹਦੇ ਕਈ ਭਾਂਤ ਦੇ ਆਰਥਿਕ ਸਰੋਕਾਰ ਵੀ ਹਨ ਔਲਾਦ ਲਈ ਸਮਾਜ ਵੱਲੋਂ ਪ੍ਰਵਾਨਿਤ ਪ੍ਰਬੰਧ ਹੈ ਵਿਆਹ ਸਮਾਜਿਕ ਪੱਖੋਂ ਵਿਆਹ ਦੇ ਯੋਗ ਹੋਣ ਲਈ ਤੇ ਪਿੱਛੋਂ ਇਸ ਨਾਲ ਜੁੜੀਆਂ ਬਹੁਤ ਭਾਂਤ ਦੀਆਂ ਜ਼ਿੰਮੇਵਾਰੀਆਂ ਦੇ ਨਿਭਾ ਲਈ ਸਮਾਜਿਕ ਆਰਥਿਕ ਸਮਰੱਥਾਵਾਂ ਦੀ ਲੋੜ ਹੁੰਦੀ ਹੈ ਬਾਲਗ ਜੀਵਨ ਲਈ ਇਹ ਤਿਆਰੀ ਕਿੰਨੀ ਵਰੇ ਮਨੁੱਖ ਦੇ ਜੀਉਣ ਦਾ ਉਦੇਸ਼ ਬਣੀ ਰਹਿੰਦੀ ਹੈ ਇਸ ਤਿਆਰੀ ਲਈ ਪੜ੍ਹਾਈ ਸਿਖਲਾਈ ਆਦ ਦੇ ਰੂਪ ਚ ਮਨੁੱਖ ਤਾਂ ਹੋਰ ਸਾਰੇ ਪ੍ਰਾਣੀਆਂ ਨਾਲੋਂ ਵੱਧ ਸਮਾਂ ਲੱਗਦਾ ਹੈ ਮਨੁੱਖ ਦੀ ਹੋਂਦ ਕਾਇਮੀ ਯਕੀਨੀ ਹੋ ਜਾਏ ਤਾਂ ਜੀਵਨ ਨੂੰ ਵਧੇਰੇ ਆਰਾਮਦਾਇਕ ਬਣਾਉਣ ਦੀ ਗੱਲ ਆਉਂਦੀ ਹੈ ਤਨ ਪਿੱਛੋਂ ਮਨ ਦੀਆਂ ਲੋੜਾਂ ਵੀ ਸਾਹਮਣੇ ਆਉਂਦੀਆਂ ਹਨ ਤਾਂ ਇਹਨਾਂ ਦੀ ਪੂਰਤੀ ਲਈ ਸੁਲੱਭ ਸਹੂਲਤਾਂ ਨੂੰ ਪ੍ਰਾਪਤ ਕਰਨਾ ਤੇ ਨਵੇਂ ਸਾਧਨਾਂ ਦੀ ਸਿਰਜਣਾ ਲਈ ਯਤਨਸ਼ੀਲ ਹੋਣਾ ਜੀਵਨ ਦਾ ਉਦੇਸ਼ ਬਣ ਜਾਂਦਾ ਹੈ ਪਦਾਰਥਕ ਸਾਧਨਾਂ ਦਾ ਮੁੱਲ ਤਨ ਵਿੱਚ ਅੰਕਿਤ ਹੁੰਦਾ ਹੈ ਇਸੇ ਕਾਰਨ ਤਨ ਦੀ ਪ੍ਰਾਪਤੀ ਜੀਵਨ ਦਾ ਮਨੋਰਥ ਬਣ ਜਾਂਦੀ ਹੈ ਕਿਸੇ ਸਾਧਨ ਨੂੰ ਬਹੁਤ ਮੁੱਲਵਾਨ ਸਮਝ ਕੇ ਮਨੁੱਖੀ ਦੀ ਪ੍ਰਾਪਤੀ ਲਈ ਜੀਵਨ ਦਾ ਬਹੁਤ ਹਿੱਸਾ ਲਾ ਦਿੰਦਾ ਹੈ ਤਦ ਬੁਲੇਖਾ ਪੈਂਦਾ ਜਿਵੇਂ ਇਹ ਉਹਦੇ ਜੀਵਨ ਦਾ ਮਨੋਰਥ ਬਣ ਗਿਆ ਹੋਵੇ ਧਨ ਜ਼ਿੰਦਗੀ ਦੇ ਮਨੋਰਥਾਂ ਲਈ ਇੱਕ ਸਾਧਨ ਹੈ ਤੇਵੇਂ ਪੜ੍ਹਾਈ ਹੈ ਬੱਚੇ ਵੀ ਮਨੁੱਖ ਦੀ ਜੈਵਿਕ ਲੋੜ ਤੋਂ ਇਲਾਵਾ ਇਸ ਜਗਤ ਵਿੱਚ ਉਹਦੇ ਜੀਵ ਲਵਾਉਣ ਦਾ ਇੱਕ ਸਾਧਨ ਹਨ ਉਹਨਾਂ ਦੀ ਪਾਲਣ ਪੋਸਣਾਂ ਵਿੱਚ ਮਨੁੱਖ ਨੂੰ ਇੱਕ ਵੱਡੀ ਤ੍ਰਿਪਤੀ ਮਿਲਦੀ ਹੈ ਆਪਣੀ ਰੱਬਤਾ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਜੀਵਨ ਦਿੰਦਾ ਹੈ ਅਸੀਂ ਉਸ ਨੂੰ ਪਾਲਦੇ ਸੰਭਾਲਦੇ ਤੇ ਜਿਉਣ ਯੋਗ ਬਣਾਉਂਦੇ ਹਾਂ ਮਨੁੱਖ ਦਾ ਇਹ ਮਨਮੋਹਣਾ ਰੂਜੇਵਾ ਉਸ ਲਈ ਜ਼ਿੰਦਗੀ ਬਤੀਤ ਕਰਨ ਦਾ ਇੱਕ ਜ਼ਰੀਆ ਹੈ ਬਹਾਨਾ ਜਿਵੇਂ ਰੁੱਖਾਂ ਤੋਂ ਸਖਣੇ ਸ਼ਹਿਰ ਗਰਾں ਵਸੇ ਬੇਜੋਗੇ ਨਹੀਂ ਰਹਿੰਦੇ ਤਿਵੇਂ ਬੱਚਿਆਂ ਦੇ ਪਾਲਣ ਪੋਸਣ ਦੇ ਆਰ ਤੋਂ ਬਿਨਾ ਬਾਲਗ ਜੀਵਨ ਖਾਲੀ ਲੱਗਦਾ ਹੈ ਬੱਚਿਆਂ ਲਈ ਕਸ਼ਟ ਝਾਗਣ ਤੇ ਉਹਨਾਂ ਦੀ ਚਿੰਤਾ ਕਰਨ ਚ ਬੰਦੇ ਨੂੰ ਤਸੱਲੀ ਮਿਲਦੀ ਹੈ ਬੱਚੇ ਜ਼ਿੰਦਗੀ ਦੀ ਹਰਿਆਵਲ ਹਨ ਪਰ ਕਈਆਂ ਲਈ ਬੱਚੇ ਹੀ ਸਭ ਕੁਝ ਬਣ ਜਾਂਦੇ ਹਨ ਯਾਦ ਰਹੀ ਬੱਚੇ ਇੱਕ ਸਾਧਨ ਹਨ ਪ੍ਰਕਿਰਤੀ ਨੇ ਵੀ ਆਪਣੇ ਗੁਲਸ਼ਨ ਦਾ ਕਾਰੋਬਾਰ ਚਲਾਉਣ ਲਈ ਮਾਪਿਆਂ ਨੂੰ ਇੱਕ ਮਾਧਿਅਮ ਬਣਾਇਆ ਹੈ ਮਨੁੱਖ ਲਈ ਜੀਵਨ ਦੇ ਹੋਰ ਮਨੋਰਥ ਹੋਣੇ ਵੀ ਸੰਭਵ ਹਨ ਜੇ ਜੱਗ ਵਿੱਚ ਆਪਣਾ ਨਾਂ ਚਮਕਦਾ ਰੱਖਣ ਦੀ ਵੀ ਚਿੰਤਾ ਹੈ ਤਾਂ ਇਹਦੇ ਲਈ ਬੰਦੇ ਦੇ ਆਪਣੇ ਕੰਮਾਂ ਤੋਂ ਬਿਹਤਰ ਕਿਹੜਾ ਢੰਗ ਹੋ ਸਕਦਾ ਹੈ ਇਸ ਗੱਲੋਂ ਵੀ ਚੇਤਨ ਹੋਣਾ ਹੈ ਕਿ ਸਮੇਂ ਦੇ ਬਦਲਣ ਨਾਲ ਸਾਧਨ ਮਨੋਰਥ ਬਣ ਜਾਂਦੇ ਹਨ ਤੇ ਮਨੋਰਥ ਸਾਧਨ ਮਨੁੱਖ ਜ਼ਿਆਦਾਤਰ ਸਮਾਜਿਕ ਰੀਤੀਆਂ ਤੇ ਵਹਿਣਾ ਅਨਸਾਰਿਕ ਇੱਕ ਰੱਟ ਵਿੱਚ ਆਦਤ ਜੀ ਬਣਾ ਕੇ ਸਮਾਂ ਲੰਘਾਈ ਜਾਂਦਾ ਹੈ ਉਹ ਰਵਾਇਤਾਂ ਚ ਵੱਜਿਆ ਦੂਜਿਆਂ ਵੱਲੋਂ ਨਿਸ਼ਚਿਤ ਕੀਤੇ ਤੇ ਠੋਸੇ ਰੋਲ ਨਿਭਾਈ ਜਾਂਦਾ ਇਸ بے ਧਿਆਨੀ ਵਿੱਚ ਜੇ ਉਹਦੀਆਂ ਜੀਵਨ ਟੇਕਾਂ ਵਿੱਚੋਂ ਕੋਈ ਜ਼ਰਾ ਜਿਹੀ ਨਹੀਂ ਹਿੱਲ ਜਾਵੇ ਦੋਸਤ ਦੀ ਬੇਵਫਾਈ ਜੀਵਨ ਸਾਥੀ ਦੀ ਬੇਰੁਖੀ ਔਲਾਦ ਦੀ ਅਗਿਆਕਾਰੀ ਆਦ ਹੋ ਜਾਵੇ ਤਾਂ ਉਤਰਭ ਕੇ ਅਬੜਵਾਏ ਢੋਰ ਪੌਰ ਹੋਇਆ ਇਹ ਸਵਾਲ ਪੁੱਛਦਾ ਹੈ ਜੀਵੀਏ ਤੱਕਾ ਦੇ ਲਈ ਵੈਸੇ ਮਨੁੱਖ ਆਪਣੇ ਅੰਦਰਲੀ ਤੇ ਬਾਹਰਲੀ ਪ੍ਰਕਿਰਤੀ ਦੀ ਵਿਸ਼ਾਲਤਾ ਦੇ ਅਨੁੱਖੇਪਣ ਤੋਂ ਵਿਸਮੈ ਹੋ ਕੇ ਵੀ ਅਜੇ ਸਵਾਲ ਪੁੱਛਦਾ ਹੈ ਉਸ ਹਾਲਤ ਵਿੱਚ ਇਹ ਪ੍ਰਸ਼ਨ ਪ੍ਰਕਿਰਤਿਕ ਪ੍ਰਬੰਧ ਨੂੰ ਸਮਝਣ ਤੇ ਉਸ ਆਪਣੇ ਸਥਾਨ ਨੂੰ ਮਿੱਥਣ ਬਾਰੇ ਵਧੇਰੇ ਹੁੰਦੇ ਹਨ ਜ਼ਿੰਦਗੀ ਕਾਦੇ ਲਈ ਵਾਲਾ ਪ੍ਰਸ਼ਨ ਅਕਸਰ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਮਨੁੱਖ ਕੋਈ ਠੋਕਰ ਖਾਂਦਾ ਹੈ ਕੋਡ ਮਨੁੱਖ ਦੀ ਹਾਲਤ ਉਪਰੇ ਨਗਰ ਦੇ ਭੁੱਲ ਭਲਈਆਂ ਉਜਾਪ ਦੇ ਰਾਹਾਂ 'ਚ ਗਵਾਚੇ ਰਾਹੀ ਵਾਂਗ ਹੁੰਦੀ ਹੈ। ਦੋ ਪਲ ਰੁੱਕ ਕੇ ਕਦੇ ਮੰਜ਼ਲ ਨੂੰ ਇਹ ਚਿਤਵਣਾ ਕਦੇ ਗਾਹੇ ਰਾਹਾਂ ਤੇ ਪਿੱਛਲ ਝਾਤ ਮਾਰਨੀ ਇਹ ਅਮਲ ਹਿਸਾਬ ਦਾ ਸਵਾਲ ਗਲਤ ਨਿਕਲ ਜਾਣ ਤੇ ਸਵਾਲ ਦੀ ਰਕਮ ਨੂੰ ਚੰਗੀ ਤਰ੍ਹਾਂ ਸਮਝ ਕੇ ਮੁੜ ਹੱਲ ਕਰਨ ਲਈ ਯਤਨਸ਼ੀਲ ਹੋਣ ਵਾਲਾ ਹੁੰਦਾ ਹੈ। ਪਵਿਕ ਵਿੱਚ ਆਪਣੇ ਕਦਮਾਂ ਦੀ ਦਿਸ਼ਾ ਨਿਸ਼ਚਿਤ ਕਰਨ ਦੀ ਗੱਲ ਹੁੰਦੀ ਹੈ। ਜਦੋਂ ਬਹੁਤੀ ਜ਼ਿੰਦਗੀ ਲੰਘਣ ਤੇ ਥੋੜੀ ਰਹਿ ਜਾਣ ਦੇ ਮਕਾਮ ਤੇ ਜ਼ਿੰਦਗੀ ਕਾਦੇ ਲਈ ਵਾਲੇ ਪ੍ਰਸ਼ਨ ਤੇ ਦੇ ਦਰਪੇਸ਼ ਹੋਇਆ ਜਾਂਦਾ ਤਾਂ ਗੁੱਸੇ ਗਿਲਾਨੀ ਤੇ ਗੁਨਾਹ ਦੇ ਭਾਵ ਵੀ ਹੁੰਦੇ ਹਨ ਟੋਲਸਟਾਈ ਦੀ ਕਹਾਣੀ ਮਨੁੱਖ ਨੂੰ ਕਿੰਨੀ ਭੁਹ ਚਾਹੀਦੀ ਹੈ ਨਵਦੇਰੇ ਜ਼ਮੀਨੀ ਜ਼ਮੀਨਾਂ ਦੀਆਂ ਮਾਲਕੀਆਂ ਲਈ ਹਾਬੜਿਆ ਪਾਤਰ ਜਦੋਂ ਜ਼ਮੀਨ ਦੀ ਤੀਜੀ ਬਾਹੀ ਨਿਸ਼ਚਿਤ ਕਰਨ ਪਿੱਛੋਂ ਅੱਗੇ ਵਧਦਾ ਤਾਂ ਉਹਦੇ ਮੱਥੇ ਤੇ ਸਾਡੇ ਉਪਰੋਕਤ ਪ੍ਰਸ਼ਨ ਵਾਲਾ ਹੀ ਤਣਾਅ ਹੁੰਦਾ ਹੈ ਆਪਣੀ ਔਦ ਵਿੱਚ ਵਿਅਕਤੀ ਦੇ ਸਮਾਜਿਕ ਰੋਲ ਬਦਲਦੇ ਹਨ ਹਰ ਦੂਜੇ ਤੀਜੇ ਕਦਮ ਉੱਤੇ ਸੰਕਟ ਤੇ ਸਮੱਸਿਆਵਾਂ ਜਨਮ ਲੈਂਦੀਆਂ ਹਨ ਬਦਲੀਆਂ ਪ੍ਰਸਥਿਤੀਆਂ ਵਿੱਚ ਕੋਈ ਅਹਿਮ ਚੋਣ ਕਰਨੀ ਹੁੰਦੀ ਹੈ ਨਿਤ ਨਵੀਂ ਚੁਣੌਤੀ ਤੇ ਅਜ਼ਮਾਇਸ਼ ਦੀ ਸਥਿਤੀ ਹੁੰਦੀ ਹੈ ਚੜਦੀ ਉਮਰੇ ਮਨੁੱਖ ਉਹ ਸਾਰੇ ਕੁਝ ਨੂੰ ਜੋ ਅਣਚਾਹਾ ਅਸੰਗਤ ਹਿੱਸਾ ਤੇ ਬੇਮੇਚ ਹੁੰਦਾ ਹੈ ਬਦਲਣਾ ਚਾਹੁੰਦਾ ਹੈ ਵਿਅਕਤੀ ਦੀੇ ਰੋਂ ਕਿਸੇ ਲਹਿਰ ਦਾ ਹਿੱਸਾ ਬਣੇ ਲਹਿਰ ਮਜਬੂਤ ਵੀ ਹੋਵੇ ਤਾਂ ਇਹ ਗੱਲਾਂ ਸੰਭਵ ਵੀ ਨਹੀਂ ਹੁੰਦੀਆਂ ਪਰ ਇੱਕਲੇ ਕਾਰੇ ਵਿਅਕਤੀ ਲਈ ਇਹ ਚੋਣ ਪਿੱਛੋਂ ਇੱਕ ਵਿਛਾਦ ਬਣ ਜਾਂਦੀ ਹੈ ਵਕਤ ਦਾ ਪੈਰ ਟਲਣ ਨਾਲ ਜੋਸ਼ ਕੁਝ ਮੱਠਾ ਪੈ ਜਾਂਦਾ ਹੈ ਜ਼ਿੰਮੇਵਾਰੀਆਂ ਦੀ ਪੰਡ ਵੀ ਬੋਝਲ ਹੋ ਜਾਂਦੀ ਹੈ ਤਦ ਤਾਂ ਇਹ ਮਨੁੱਖ ਦਾ ਦ੍ਰਿਸ਼ਟੀਕੋਣ ਵੀ ਕੁਝ ਬਦਲਦਾ ਹੈ ਫਿਰ ਉਹ ਵਿਚਾਰਸ਼ੀਲ ਹੋ ਕੇ ਜੀਵਨ ਸਥਿਤੀਆਂ ਵਿੱਚ ਸੰਗਤੀ ਬਿਠਾਉਣ ਦੇ ਤੇ ਅਨੁਕੂਲਨ ਸਥਾਪਿਤ ਕਰਨ ਦਾ ਯਤਨ ਕਰਦਾ ਹੈ ਇੰਜ ਜ਼ਿੰਦਗੀ ਦਾ ਫੋਕਸ ਹੀ ਬਦਲ ਜਾਂਦਾ ਹੈ ਬੁੱਢੇ ਬਾਰੇ ਬਹੁਤਿਆਂ ਦਾ ਅਧਿਕਾਰਾਂ ਦੀ ਸਰਦਾਰੀ ਖੁੱਸਣ ਰੁਤਬਾ ਘਟਣ ਨਾਲ ਨੈਤਿਕ ਬਲ ਵੀ ਘਟ ਜਾਂਦਾ ਹੈ ਚੁਫੇਰੇ ਵਿਚਰਦੇ ਲੋਕ ਸਮੇਤ ਪਰਿਵਾਰ ਵਾਲਿਆਂ ਦੇ ਇਹ ਮਿੱਥ ਲੈਂਦੇ ਆ ਕਿ ਬੁੱਢੇ ਜਾਂ ਬੁੱਢੀ ਦਾ ਜੀਵਨ ਮਨੋਰਥਹੀਨ ਹੈ ਇਸ ਲਈ ਕਰਨ ਵਾਲਾ ਇੱਕੋ ਕੰਮ ਹੈ ਮੌਤ ਦਾ ਇੰਤਜ਼ਾਰ ਕਰਨਾ ਪਰ ਧਿਆਨ ਰਹੇ ਮੌਤ ਦੇ ਬਿੰਦੂ ਤੱਕ ਸਾਰੀ ਜ਼ਿੰਦਗੀ ਹੀ ਜ਼ਿੰਦਗੀ ਹੈ ਕਿਸੇ ਵੀ ਪੜਾਅ ਤੇ ਜ਼ਿੰਦਗੀ ਮਕਸਦਹੀਣ ਨਹੀਂ ਹੁੰਦੀ ਬਸ ਪਛਾਣਨ ਤੇ ਜਾਣਨ ਦੀ ਲੋੜ ਹੈ ਸਾਡੇ ਆਪਣੇ ਦੇਸ਼ ਦੇ ਤੇ ਸਾਡੇ ਆਪਣੇ ਖਿੱਤੇ ਵਿੱਚ ਵੀ ਉਹਨਾਂ ਲੋਕਾਂ ਦੀਆਂ ਨੇਕਾਂ ਉਦਾਹਰਨਾਂ ਮਿਲਦੀਆਂ ਹਨ ਜਿਨ੍ਹਾਂ ਨੇ ਬਿਰਧ ਕਹੀ ਜਾਂਦੀ ਅਵਸਥਾ ਵਿੱਚ ਵੀ ਯਾਦ ਰੱਖਣ ਵਾਲੇ ਕੰਮ ਕੀਤੇ ਹਨ ਜ਼ਿੰਦਗੀ ਦੇ ਇੱਕੋ ਸਮੇਂ ਕਈ ਮਨੋਰਥ ਹੋ ਸਕਦੇ ਹਨ ਮਿਸਾਲ ਵਜੋਂ ਤਤਕਾਲੀ ਇਸ ਮੁਸੀਬਿਆਂ ਨੂੰ ਹੱਲ ਕਰਨਾ ਇਸੇ ਤਰ੍ਹਾਂ ਆਪਣੀ ਜੀਵਨ ਅਵਸਥਾ ਅਨੁਸਾਰ ਕਾਰਜ ਕਰਨੇ ਜਿਵੇਂ ਪੜ੍ਹਾਈ ਕਰਨੀ ਨੌਕਰੀ ਲੈਣੀ ਘਰ ਬਣਾਉਣਾ ਤੇ ਬੰਨਣਾ ਇਵੇਂ ਸ਼ਕਸੀ ਤਰੱਕੀ ਲਈ ਯਸਕੂਨ ਦੀ ਤਲਾਸ਼ ਵਿੱਚ ਯਤਨਸ਼ੀਲ ਹੋਣਾ ਇੱਕੋ ਸਮੇਂ ਦੇ ਕਈ ਮਨੋਰਥਾਂ ਨੂੰ ਮਨੁੱਖ ਤਰਜੀਹ ਦੇ ਆਧਾਰ ਤੇ ਤਰਤੀਬ ਦਿੰਦਾ ਹੈ ਮਨੋਰਥਾਂ ਵਿੱਚ ਵਿਰੋਧ ਹੋਵੇ ਤਾਂ ਪ੍ਰਾਪਤੀ ਘਟ ਤੇ ਤਣਾਅ ਵਧ ਹੁੰਦਾ ਹੈ ਇਨਾ ਵਿੱਚ ਇੱਕ ਸੁਰਤਾ ਲਿਆਂਦੀ ਜਾਏ ਤਾਂ ਚੰਗੇ ਪ੍ਰਣਾਮਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਮਨੁੱਖ ਦਾ ਸਿਰ ਮੌਰ ਮਨੋਰ ਮਨੋਰਥ ਕਿਹੜਾ ਹੈ ਇਸ ਪੱਖੋਂ ਉਸ ਵਿਅਕਤੀ ਦੀ ਉਗੜਵੀ ਪਛਾਣ ਬਣ ਜਾਂਦੀ ਹੈ। ਮਨੋਰਥ ਜੀਵਨ ਦੀਆਂ ਮੰਗਾਂ ਅਨੁਸਾਰ ਵੀ ਹੁੰਦੇ ਹਨ। ਇਹ ਜੀਵਨ ਵਿਅਕਤੀ ਪਰਿਵਾਰ ਗੁੱਟ ਸਮੂਹ ਜਾਂ ਦੇਸ਼ ਦਾ ਵੀ ਹੋ ਸਕਦਾ ਹੈ। ਕੁਝ ਮਨੋਰਥ ਸਾਂਝੇ ਵੀ ਹੋ ਸਕਦੇ ਹਨ। ਅਮਨ ਸਾਰੀ ਲੁਕਾਈ ਦਾ ਜੀਵਨ ਮਨੋਰਥ ਹੈ। ਆਪਣੇ ਹੁਣ ਤੱਕ ਦੇ ਹੋਏ ਵਿਕਾਸ ਨੂੰ ਸਾਂਭਣਾ ਤੇ ਇਹਦੇ ਲਾਭਾਂ ਨੂੰ ਰੜ ਕੇ ਮਾਨਣਾ ਸਾਰੀ ਮਨੁੱਖ ਜਾਤੀ ਦਾ ਸਰੋਕਾਰ ਹੈ। ਹੱਕ, ਨਿਆਂ ਤੇ ਲੋਕ ਖੇਤਾਂ ਨੂੰ ਪਾਲਦੇ ਪ੍ਰਬੰਧਾਂ ਅਨੁਸਾਰਨਾ ਸਾਰੇ ਜਾਗਰਿਤ ਮਨੁੱਖਾਂ ਦਾ ਵਾਸਤਾ ਹੈ। ਮਨੁੱਖ ਦੀਆਂ ਪਹਿਲੀਆਂ ਪ੍ਰਾਪਤੀਆਂ ਤੇ ਅਪ੍ਰਾਪਤੀਆਂ ਵੀ ਉਹਦੇ ਮਨੋਰਥਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਕਾਮਯਾਬੀ ਦੇ ਘੋੜੇ ਤੇ ਚੜਿਆ ਵਿਅਕਤੀ ਉਗਦੇ ਵੱਧਦੇ ਸੂਰਜ ਵਾਂਗ ਉੱਚੇ ਤੋਂ ਉੱਚੇ ਰੇ ਬਹੁਪੰਤੀ ਮਨੋਰਥ ਮਿਥਦਾ। ਰਾਤਾਂਆਂ ਅਟਕਣਾ ਨੂੰ ਜ਼ਿੰਦਗੀ ਦੇ ਸਬਕ ਮੰਨ ਆਪਣੀ ਸੇਧ ਬਦਲਦਾ ਹੈ ਪਰ ਹਾਰਾਂ ਦਾ ਮਿੱਧਿਆ ਵਿਅਕਤੀ ਦਸੌਟਿਆਂ ਤੋਂ ਜਾਨ ਛਡਾਉਣ ਦਾ ਮਾਰਾ ਮੌਤ ਨੂੰ ਆਪਣਾ ਨਿਸ਼ਾਨਾ ਮੰਨ ਲੈਂਦਾ ਹੈ ਵਿਅਕਤੀ ਦੁਆਲੇ ਉਸਰੇ ਵਕਫ-ਵਕ ਪ੍ਰਬੰਧਾਂ ਨਾਲ ਹੀ ਜੁਮੈਂ ਕਿ ਥਿੜਕੇ ਵਿਅਕਤੀ ਨੂੰ ਸਹਾਰਾ ਦੇਣ ਨਾ ਕਿ ਉਹਨੂੰ ਨਾਕਾਰਾ ਬਣਾਉਣ ਵਾਸਤਾ ਵਿੱਚ ਵਿਅਕਤੀ ਦੀ ਜੀਵਨ ਦ੍ਰਿਸ਼ਟੀ ਉਹਦੇ ਸਮਾਜਿਕ ਚੋਗਿਰਦੇ ਤੋਂ ਕਾਫੀ ਪ੍ਰਭਾਵਿਤ ਹੁੰਦੀ ਹੈ ਭੀੜ ਭੜਕੇ ਵਾਲੀਆਂ ਗੰਦੀਆਂ ਬਸਤੀਆਂ ਤੇ ਝੁੱਗੀਆਂ ਝੌਂਪੜੀਆਂ 'ਚ ਮਨੁੱਖ ਦਾ ਸਬੂਤਾ ਰਹਿਣਾ ਹੀ ਮੁਸ਼ਕਿਲ ਹੈ। ਚੱਜ ਦੇ ਜੀਵਨ ਮਨੋਰਥ ਦੀ ਕਲਪਨਾ ਕਰਨੀ ਤਾਂ ਦੂਰ ਦੀ ਗੱਲ ਹੈ। ਇਸੇ ਕਾਰਨ ਜਦੋਂ ਔਟੁਕਮੀਆਂ ਸਮਾਜਿਕ ਪ੍ਰਸਥਿਤੀਆਂ ਵਿੱਚ ਉੱਠ ਕੇ ਕੋਈ ਵਿਅਕਤੀ ਕੁਝ ਕਰ ਵਿਖਾਉਂਦਾ ਤਾਂ ਉਹਦੇ ਅਜਿਹਾ ਕਰਨ ਨੂੰ ਵੱਡਾ ਕਾਰਨਾਮਾ ਸਮਝਿਆ ਜਾਂਦਾ ਹੈ। ਕਿਸੇ ਨਾ ਕਿਸੇ ਅਪੰਗਤਾ ਦਾ ਸ਼ਿਕਾਰ ਵਿਅਕਤੀ ਤਰੇੜੀ ਜੀਵਨ ਦ੍ਰਿਸ਼ਟੀ ਅਖਤਿਆਰ ਕਰ ਸਕਦਾ ਹੈ। ਉਸ ਲਈ ਕਿਸੇ ਉੱਚੇ ਜੀਵਨ ਮਕਸਦ ਨੂੰ ਮਿੱਥ ਪਾਉਣਾ ਔਖਾ ਹੁੰਦਾ ਹੈ ਬੜੇ ਥੋੜੇ ਹਨ ਤੇ ਉਸਤ ਤੇ ਦੇ ਹੱਕਦਾਰ ਹਨ ਜਿਹੜੇ ਅਪੰਗਤਾ ਤੋਂ ਉਪਜਦੀ ਆਪਣੇ ਬਾਰੇ ਮੰਦ ਭਾਵਨਾ ਦੀ ਉਲਝਣ ਤੋਂ ਮੁਕਤ ਹੋ ਕੇ ਆਪੇ ਨੂੰ ਸੰਗਠਿਤ ਕਰਕੇ ਉਦੇਸ਼ ਭਰਪੂਰ ਜ਼ਿੰਦਗੀ ਜਿਉਂਦੇ ਹਨ ਇਹ ਲੋਕ ਇੱਕ ਮਾਡਲ ਹਨ ਉਹਨਾਂ ਲਈ ਜੋ ਸਬੂਤੇ ਹੁੰਦੇ ਹੋਈ ਵੀ ਆਪਣੀ ਕੋਈ ਸਮਾਜਿਕ ਪਛਾਣ ਨਹੀਂ ਬਣਾਉਂਦੇ ਮਨੁੱਖ ਦੀਆਂ ਬਹੁਤ ਸਾਰੀਆਂ ਅਪੰਗਤਾਵਾਂ ਸਮਾਜਿਕ ਅਪੰਗਤਾਵਾਂ ਦਾ ਹੀ ਪ੍ਰਨਾਮ ਹਨ ਉਦਾਹਰਨ ਲਈ ਇਸਤਰੀ ਦਾ ਮਾਂ ਬਣਨਾ ਇੱਕ ਪ੍ਰਕਿਰਤਿਕ ਕਰਮ ਹੈ ਸਮਾਜ ਨੇ ਇਹਨੂੰ ਉਹਦਾ ਸਮਾਜਿਕ ਰੋਲ ਬਣਾ ਦਿੱਤਾ ਹੈ ਨਤੀਜੇ ਵਜੋਂ ਬੱਚਾ ਜੰਮਣ ਦੀ ਇੱਛਾ ਨਾ ਹੋਣ ਕਾਰਨ ਕਰਕੇ ਜਾਂ ਕਿਸੇ ਹੋਰ ਕਾਰਨ ਬੱਚਾ ਨਾ ਜੰਮਣ ਵਾਲੀ ਇਸਤਰੀ ਦੋਸ਼ ਭਾਅ ਪਾੜ ਲੈਂਦੀ ਹੈ ਅਗੋ ਗਲਤ ਸਮਾਜਿਕ ਧਾਰਨਾਵਾਂ ਕਰਕੇ ਕੇਵਲ ਪੁੱਤਰ ਜਾਂ ਜੇਤੀਆਂ ਹੋਣ ਤਾਂ ਇੱਕ ਦੋ ਪੁੱਤਰ ਜ਼ਰੂਰ ਜੰਮਣ ਦਾ ਮਨੋਰਥ ਉਸਗੇ ਰੱਖਿਆ ਜਾਂਦਾ ਹੈ ਸਮਾਜ ਦੇ ਇਸਤਰੀ ਪ੍ਰਤੀ ਇਹ ਦੂਸ਼ਤ ਆਗਰੇ ਇਨੇ ਪੱਕੇ ਹਨ ਕਿ ਇਸਤਰੀ ਇਸ ਮਨੋਰਥ ਨੂੰ ਆਪਣਾ ਜੀਵਨ ਆਦਰਸ਼ ਮੰਨ ਲੈਂਦੀ ਹੈ ਅਜਿਹਾ ਕਰਨ ਲਈ ਭਾਵੇਂ ਉਹਨੂੰ ਕਿੰਨੀਆਂ ਹੀ ਜੂਨੀਆਂ ਭਾਵ ਜਨੇਪੇ ਨਾ ਕਟਣੀਆਂ ਪੈ ਉਹਦੀ ਸਿਹਤ ਭਾਵੇਂ ਵਿਗੜ ਜਾਏ ਕਿੰਨੇ ਹੀ ਕੁੱਖ ਵਿਗਾੜ ਪੈਦਾ ਹੋਣ ਬੇਸ਼ੱਕ ਉਹ ਖੁਦ ਮਰ ਮੁੱਕ ਜਾਏ ਤਾਂ ਉਹਦਾ ਬਦਲ ਹੋਰ ਇਸਤਰੀ ਵਿਆਹ ਕੇ ਲਿਆਂਦੀ ਜਾਂਦੀ ਹੈ ਜਿਹੜੇ ਲੋਕ ਗੁਲਾਮੀ ਭੋਗਦੇ ਹਨ ਜਾਂ ਗਰੀਬੀ ਅਗਿਆਨਤਾ ਦੇ ਦਬਾਅ ਦੀ ਹਾਲਤ ਵਿੱਚ ਗੁਲਾਮਾਂ ਜਿਹਾ ਜੀਵਨ ਬਤੀਤ ਕਰਦੇ ਹਨ ਉਹਨਾਂ ਲਈ ਜਾਗਰਤੀ ਦੀ ਤੇਜ਼ ਲਹਿਰ ਦੀ ਅਨੁਭੂਦ ਵਿੱਚ ਆਪਣੇ ਜੀਵਨ ਮਨੋਰਥ ਬਾਰੇ ਜਾਨਣਾ ਬਹੁਤ ਮੁਸ਼ਕਿਲ ਹੈ ਵਿਸ਼ਾਲ ਪਾਣੀਆਂ ਵਿੱਚ ਆਪਣੀ ਨੌਕਾ ਲੈ ਕੇ ਲਹਿਰਾਂ ਦੇ ਉਤਰਾਵਾਂ ਚੜਾਵਾਂ ਨਾਲ ਨਜਿੱਠਦੇ ਹੋਏ ਕਿਸੇ ਸੇਧ ਵਿੱਚ ਚੱਲਣ ਜਿਹਾ ਹੈ ਜੀਵਨ ਵਿੱਚ ਮਨੋਰਥ ਮਿੱਥ ਕੇ ਤੁਰਨਾ ਬੱਚੇ ਨੂੰ ਇਹਨਾਂ ਗੱਲਾਂ ਦੀ ਸੋਝੀ ਨਹੀਂ ਹੁੰਦੀ ਜਿਵੇਂ ਜਿਵੇਂ ਪਲਦਾ ਵੱਧਦਾ ਬੱਚਾ ਬਾਲਗ ਹੋਣ ਵੱਲ ਕਦਮ ਪੁੱਟਦਾ ਹੈ ਤਿਵੇਂ-ਤਿਵੇਂ ਉਹ ਪਰ ਨਿਰਭਰਤਾ ਨੂੰ ਤਿਆਗਦਾ ਹੋਇਆ ਸੁਤੰਤਰ ਹੋਣ ਦਾ ਯਤਨ ਕਰਦਾ ਹੈ ਬਿਨਾਂ ਜੀਵਨ ਮਨੋਰਥ ਦੇ ਸੁਤੰਤਰਤਾ ਦਾ ਕੋਈ ਮਤਲਬ ਨਹੀਂ ਹੁੰਦਾ ਇਸ ਜ਼ਿੰਮੇਵਾਰੀ ਪਰਿਵਾਰ ਗਵਾਂਡ ਸਕੂਲ ਪਾਵ ਸਮਾਜ ਤੇ ਸਰਕਾਰ ਦੀ ਹੈ ਕਿ ਆਪਣੇ ਮੈਂਬਰ ਵਿਅਕਤੀ ਦੀਆਂ ਇਨੀਆਂ ਨੂੰ ਸਮਰਥਾਵਾ ਵਿਕਸਿਤ ਕਰਨ ਅਜਹੀ ਆਧਾਰ ਪ੍ਰਦਾਨ ਕਰਨ ਕਿ ਉਹ ਜੀਵਨ ਮੁਖੀ ਮਕਸਦ ਬਣਾ ਸਕੇ ਵਿਅਕਤੀ ਦਾ ਵੀ ਇਹ ਫਰਜ਼ ਹੈ ਕਿ ਉਹ ਦਿੱਤੇ ਮਾਹੌਲ ਚ ਆਪਣੀਆਂ ਯੋਗਤਾਵਾਂ ਨੂੰ ਪਛਾਣੇ ਤੇ ਵਿਦਾਵੇ ਔਕੜਾਂ ਤੇ ਸੰਕਟਾਂ ਨੂੰ ਚੁਣੌਤੀਆਂ ਦੇ ਰੂਪ ਚ ਲਵੇ ਆਪਣੇ ਆਲੇ ਦੁਆਲੇ ਨੂੰ ਘੋਖੇ ਪਹਿਲਾਂ ਪਏ ਰਹਾ ਨੂੰ ਸਮਝੇ ਨਵੇਕੜਾਂ ਤੁਰਨ ਵਾਲਿਆਂ ਦੀਆਂ ਪੈੜਾਂ ਪਛਾਣੇ ਇੰਜ ਯਤਨ ਹੋ ਕੇ ਆਪਣਾ ਮਕਸਦ ਨਿਰਧਾਰਤ ਕਰੇ ਫਿਰ ਜੀਵਨ ਯਥਾਰਥ ਦੇ ਨਿਯਮਾਂ ਨੂੰ ਸਮਝ ਕੇ ਆਪਣੀਆਂ ਆਸਾਂ ਤੇ ਉਦੇਸ਼ਾਂ ਦੀ ਪੂਰਤੀ ਲਈ ਵਿਉਂਤਾਂ ਬਣਾਏ ਤੇ ਜੁਗਾੜ ਕਰੇ ਵਿਅਕਤੀ ਨੇ ਸਮਾਜ ਦੇ ਤਾਣੇ ਪੇਟੇ ਚ ਦੂਜਿਆਂ ਦੇ ਸੰਗ ਜਿਉਣਾ ਸਮਾਜ ਚ ਰਹਿੰਦਿਆਂ ਉਹਨੇ ਆਪਣੇ ਜੀਵਨ ਮਕਸਦ ਨੂੰ ਪਛਾਣਨਾ ਤੇ ਪ੍ਰਾਪਤ ਕਰਨਾ ਹੈ ਮਕਸਦ ਦੀ ਤਲਾਸ਼ ਜਿਸ ਤੋਂ ਬਾਕੀ ਪ੍ਰਾਣੀ ਜਗਤ ਚੇਤਨ ਨਹੀਂ ਹੈ ਉਮਰ ਪਰ ਦੀ ਪ੍ਰਕਿਰਿਆ ਹੈ ਆਪਣੇ ਅੰਦਰ ਤੇ ਬਾਹਰ ਦੀਆਂ अनेकां ਤਬਦੀਲੀਆਂ ਦੇ ਸੰਮੁਖ ਜੀਵਨ ਦਾ ਫੋਕਸ ਮੋੜ-ਮੋੜ ਨਿਸ਼ਚਿਤ ਕਰਨਾ ਪੈਂਦਾ ਹੈ ਜੀਵਨ ਦੇ ਸੰਕਟ ਅਸਲ ਚ ਜੀਵਨ ਮਕਸਦਾਂ ਦੀ ਪਉਣ ਛਾਂਣ ਕਰਨ ਤੇ ਉਹਨਾਂ ਦੀ ਨਵੀਂ ਤਰਤੀਬ ਦੇ ਮੌਕੇ ਹੀ ਦਿੰਦੇ ਹਨ ਅੱਜ ਦੇ ਯੁੱਗ ਨੇ ਇੰਦਰੀਆਵੀ ਸੁੱਖਾਂ ਨੂੰ ਮਾਨਣਾ ਜੀਵਨ ਦੇ ਮਨੋਰਥਾਂ ਵਿੱਚ ਨਾ ਕੇਵਲ ਸ਼ਾਮਲ ਕੀਤਾ ਸਗੋਂ ਵੱਡੀ ਤਰਜੀਹ ਬਣਾ ਦਿੱਤਾ ਹੈ ਸਾਧਨ ਵੀ ਮੋਹੀਆ ਕੀਤੇ ਹਨ ਭਾਵੇਂ ਅਜੇ ਥੋੜਿਆਂ ਦੀ ਪਹੁੰਚ ਵਿੱਚ ਹੀ ਹਨ ਪਰ ਇਹ ਸੁਖ ਵੀ ਸਰਪੱਖੀ ਤੇ ਸਮਰੱਥ ਸ਼ਖਸੀਅਤ ਦਾ ਸੁਆਮੀ ਹੀ ਸਲਾਹ ਤੇ ਮਾਨ ਸਕਦਾ ਹੈ ਦਿਨੋ-ਦਿਨ ਵਧ ਰਹੇ ਸੂਖਮ ਪ੍ਰਚਾਰ ਸਾਧਨ ਤੇ ਤਜਾਰਤੀ ਤੱਤ ਵਿਅਕਤੀ ਨੂੰ ਬੇਸਮਝ ਖਪਤਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਹਨ ਇਸ ਹਾਲਤ ਵਿੱਚ ਜੀਵੀਏ ਤੱਕਾਂ ਦੇ ਲਈ ਬਾਰੇ ਸੁਚੇਤ ਤੇ ਸਪਸ਼ਟ ਹੋਣਾ ਬਣਦਾ ਹੈ ਆਪਾਂ ਜਾਣਨ ਤੇ ਆਪਾਂ ਪਾਉਣ ਦੇ ਇਸ ਅਮਲ ਸਦਕਾ ਹੀ ਅਸੀਂ ਉਦਰੇਵਿਆਂ ਤੇ ਪਛਤਾਵਿਆਂ ਤੋਂ ਸੁਰਖਰੂ ਜੀਵਨ ਜਿਉਣ ਦੀ ਆਸ ਕਰ ਸਕਦੇ ਹਾਂ ਧੰਨਵਾਦ